लागू किए गए खेतीबाड़ी आर्डिनेंस के विरोध पिछले काफी लंबे समय तो किसानों वालों जिथे पंजाब भर च रोस धरने दे के सरकार विरुद्ध प्रदर्शन किए जा रहे ने उत्थे ही किसान जथेबंदियों वालों पिछले कई दिनों तो अपने संघर्ष को तेज करते हुए टोल प्लाजा को भी मुकम्मल बंद कर दिता है। किसानों वालों दिन रात टोल प्लाजे से रह के प्रदर्शन किया जा रहा है। इसे तहत बीते दिन ही मुकेरिया नजदीक हर्षा मानसर टोल प्लाजा के नौजवान किसान वालों अपना जन्मदिन धरने से ही मनाया गया। साडे छोटे वीर राणे का जन्मदिन है तो जिदा लगातार 7 दिन धरना चल रहा इतने तो जिमें कि अज राणे की भी ड्यूटी इतने ही टोल प्लाजे से तो सारे वीर ने फैसला किया कि अज राणे का जन्मदिन टोल प्लाजे से मनाया जाए। इस करके सानू इतने ही मनाने पैंदे आ। शुरू करा जी उत्थे ही कर लो। अज साडे वीर राणे का छोटे वीर का जन्मदिन है तो अज इन्हां दी ड्यूटी टोल दे होर इत्थे रात दी ड्यूटी इन्हां दी इत्थे इस करके सानू जन्मदिन इत्थे मनाना पिया। साडा दिल ते नहीं करदा इत्थे आ के असीं बाहर आ के मतलब के कट्टीए घर दे वी वेट करदे कि मुंडे दा जन्मदिन है पर की करे साडी मजबूरी ते सानू सरकार ने मजबूर करता कि तुसीं किते वी नहीं देखिया होणा कि कोई अपने टोल ते जा के पहली बार देखिया होणा कि किसे ने केक कट्टिया। सानू मोदी ने इन्ना मजबूर करता कि सानू इह केक टोल ते कट्टणा पैंदा इत्थे आ के ते असीं ਅੱਗੇ ਰਹਿ ਲਾ ਦੋ ਭੁੱਲੀਏ ਕੀ ਅਸੀਂ ਸਰਕਾਰ ਅੱਗੇ ਇਹੀ ਬੇਨਤੀ ਕਰਦੇ ਹਾਂ ਕਿ ਸਾਨੂੰ ਮੁੜ ਕੇ ਇੱਦਾਂ ਦੇ ਕੇਕ ਟੋਲ 'ਤੇ ਨਾ ਕੱਟਣੇ ਪੈਣ ਅਤੇ ਸਰਕਾਰ ਨੂੰ ਇਹੀ ਬੇਨਤੀ ਹੈ ਕਿ ਜਿਹੜੇ 3 ਕਾਲੇ ਕਾਨੂੰਨ ਹੈ ਇਹ ਜਲਦੀ ਤੋਂ ਜਲਦੀ ਵਾਪਸ ਲੈ ਅਤੇ ਅਸੀਂ ਵੀ ਆਪਣੇ ਘਰਾਂ ਨੂੰ ਜਾ ਕੇ ਕਿਤੇ ਬੈੱਡ 'ਤੇ ਜਾ ਕੇ ਸੋਈਏ ਕਿਤੇ ਅਸੀਂ ਜਾ ਕੇ। ਠੀਕ ਹੈ ਪੁੱਛਣਾ ਤੁਸੀਂ ਪਹਿਲਾਂ ਜਿਹੜੇ ਮੋਦੀ ਨੇ ਇਹ 3 ਖੇਤੀ ਜਿਹੜੇ ਕਾਨੂੰਨ ਕਾਲੇ ਕਾਨੂੰਨ ਸਾਡੇ ਪੰਜਾਬ ਦੇ ਉੱਪਰ ਥੋਪੇ ਹੈ ਅਤੇ ਚੌਥਾ ਜਿਹੜਾ ਬਿਜਲੀ ਸੋਧ ਬਿੱਲ ਹੈ ਉਹ ਬਿੱਲ ਨਹੀਂ ਕਾਨੂੰਨ ਨਹੀਂ ਉਹ ਸਾਡੇ ਕਿਸਾਨਾਂ ਦੇ ਮੌਤ ਦੇ ਬਰੰਟ ਹੈ ਅਤੇ ਅਸੀਂ ਉਹ ਬਰੰਟ ਕਬੂਲ ਨਹੀਂ ਰਹੇ। ਜਦੋਂ ਤੱਕ ਅਸੀਂ ਇਹ ਕਾਨੂੰਨ ਰੱਦ ਨਹੀਂ ਕਰਾ ਦਿੰਦੇ ਉਦੋਂ ਤੱਕ ਅਸੀਂ ਇਹਨਾਂ ਸੜਕਾਂ ਦੇ ਉੱਪਰ ਇਹ ਸਰਮਾਏਦਾਰ ਧਿਰਾਂ ਦੇ ਵਿਰੁੱਧ ਮੋਰਚੇ ਲਾ ਕੇ ਬੈਠੇ ਹੋਏ ਹਾਂ। ਇਹਨਾਂ ਜਿੱਥੇ ਸਾਡੇ ਇਹ ਮੋਰਚਿਆਂ ਨੂੰ ਲਾ ਕੇ ਰੱਖਣਾ ਜ਼ਰੂਰੀ ਹੈ ਉੱਥੇ ਹੀ ਇਹ ਤੁਸੀਂ ਦੇਖ ਸਕਦੇ ਹੋ ਇਹ ਨੌਜਵਾਨ ਜਿਹੜੇ ਸਾਡੇ ਨਾਲ ਬੈਠੇ ਆ ਵੱਡੀ ਗਿਣਤੀ ਜਿਹੜੇ ਪੂਰੇ ਪੰਜਾਬ ਦੇ ਵਿੱਚ ਇਹ ਸੰਘਰਸ਼ਾਂ ਦੀ ਅਗਵਾਈ ਕਰ ਰਿਹਾ ਹੈ। ਇਹ ਨੌਜਵਾਨ ਬੜੇ ਜ਼ਿਆਦਾ ਗੰਭੀਰ ਹੈ ਇਸ ਮਸਲੇ ਨੂੰ ਲੈ ਕੇ ਆਪਣੇ ਪੰਜਾਬ ਅਤੇ ਭਾਰਤ ਦੇ ਭਵਿੱਖ ਨੂੰ ਲੈ ਕੇ ਜਿੱਥੇ ਪੂਰਾ ਭਾਰਤ ਪੰਜਾਬ ਦੇ ਕਿਸਾਨਾਂ ਨੂੰ ਦੇਖ ਰਿਹਾ ਹੈ ਉੱਥੇ ਤੁਸੀਂ ਇਹ ਤਸਵੀਰਾਂ ਦੇਖ ਰਹੇ ਹੋ ਵੀ ਇਹ ਨੌਜਵਾਨ ਕਿੰਨਾ ਸੁਹਿਰਦ ਹੈ ਆਪਣੇ ਭਵਿੱਖ ਨੂੰ ਲੈ ਕੇ। ਸਾਡੇ ਰਾਣੇ ਵੀਰ ਦਾ ਇਹ ਕਿਸਾਨ ਹੈ ਬਤੌਰ ਕਿਸਾਨ ਇਹ ਇਸ ਧਰਨੇ ਦੇ ਵਿੱਚ ਦਿਨੇ ਵੀ ਹਾਜ਼ਰੀ ਦੇ ਰਿਹਾ ਪਿਛਲੇ ਲੰਬੇ ਸਮੇਂ ਤੋਂ ਅਤੇ ਰਾਤ ਨੂੰ ਵੀ ਅੱਜ ਜਦੋਂ ਇਹਨਾਂ ਦੀ ਡਿਊਟੀ ਸੀ ਵੀ ਰਾਤ ਨੂੰ ਵੀ ਇੱਥੇ ਰਹਿਣਾ ਹੈ ਕਿਉਂਕਿ ਇਹ ਜਿਹੜੇ ਧਰਨੇ ਆ ਅਸੀਂ 24 ਘੰਟੇ ਇਹ ਟੋਲ ਪਲਾਜ਼ਿਆਂ ਦੇ ਵਿੱਚ ਸਰਦ ਮੌਸਮ ਦੇ ਵਿੱਚ ਲਗਾਤਾਰ ਇੱਥੇ ਰਹਿ ਰਹੇ ਹਾਂ ਅਤੇ ਰਾਣੇ ਵੀਰ ਦੇ ਆਪਣੇ ਜਨਮ ਦਿਨ ਵਾਲਾ ਅਹਿਮ ਦਿਨ ਛੱਡ ਕੇ ਵੀ ਅੱਜ ਆਪਣੀ ਡਿਊਟੀ ਨੂੰ ਇੱਥੇ ਟੋਲ ਪਲਾਜ਼ੇ ਨੂੰ ਪਹੁੰਚਣਾ ਅਹਿਮਤ ਉਹਦੀ ਪਹਿਲ ਦਿੱਤੀ ਅਤੇ ਅਸੀਂ ਸਲਾਮ ਕਰਦੇ ਹਾਂ ਆਪਣੇ ਮਿੱਤਰ ਅਤੇ ਆਪਣੇ ਰਾਣੇ ਵੀਰ ਦੇ ਇਸ ਜਜ਼ਬੇ ਨੂੰ ਸਾਡੇ ਸਾਰੀਆਂ ਕਿਸਾਨ ਜਥੇਬੰਦੀਆਂ ਵੱਲੋਂ ਇਹਦੇ ਜਜ਼ਬੇ ਨੂੰ ਸਲਾਮ ਹੈ ਅਤੇ ਅਸੀਂ ਆਪਣੇ ਜਥੇਬੰਦੀਆਂ ਵੱਲੋਂ ਅਤੇ ਨੌਜਵਾਨ ਸਾਥੀ ਜਿਹੜੇ ਸੰਘਰਸ਼ ਦੀ ਹੁਸ਼ਿਆਰਪੁਰ ਦੇ ਇਹ ਹਰਸੇ ਮਾਨਸਰ ਟੋਲ ਪਲਾਜ਼ੇ 'ਤੇ ਜਿੱਥੇ ਸਾਡੇ ਇਹ ਸੰਘਰਸ਼ ਚੱਲਿਆ ਹੋਇਆ ਹੈ ਇਹ ਸਾਰੀ ਜਥੇਬੰਦੀਆਂ ਨੇ ਤੈਅ ਕੀਤਾ ਨੌਜਵਾਨ ਸਾਥੀਆਂ ਨੇ ਤੈਅ ਕੀਤਾ ਜਿੱਥੇ ਰਾਣੇ ਵੀਰ ਨੇ ਆਪਣੇ ਇਸ ਦਿਹਾੜੇ ਨੂੰ ਇਹ ਸਾਡੇ ਇਸ ਮੋਰਚੇ ਦੇ ਵਿੱਚ ਯੋਗਦਾਨ ਪਾਉਣ ਦੇ ਲਈ ਸਮਰਪਣ ਕੀਤਾ ਅਤੇ ਅਸੀਂ ਰਾਣੇ ਵੀਰ ਦਾ ਜਿਹੜਾ ਜਨਮ ਦਿਨ ਹੈ ਉਹ ਇਸ ਟੋਲ ਪਲਾਜ਼ੇ ਦੇ ਉੱਪਰ ਆਪਣੇ ਸੰਘਰਸ਼ ਦੇ ਮੁੱਢ ਦੇ ਵਿੱਚ ਇਹਦੇ ਗੜ੍ਹ ਦੇ ਵਿੱਚ ਬੈਠ ਕੇ ਉਹਦਾ ਕੇਕ ਕੱਟਾਂਗੇ ਅਤੇ ਅਸੀਂ ਆਪਣੇ ਜਥੇਬੰਦੀਆਂ ਵੱਲੋਂ ਇਹਦੇ ਜਨਮ ਦਿਨ ਦੇ ਉੱਪਰ ਸਾਰੀ ਹੀ ਟੀਮ ਵੱਲੋਂ ਮੁਬਾਰਕਬਾਦ ਦਿੰਦੇ ਹਾਂ ਅਤੇ ਅਸੀਂ ਆਸ ਕਰਦੇ ਹਾਂ ਵੀ ਜਿਸ ਤਰੀਕੇ ਦੇ ਨਾਲ ਇਹ ਜਿਹੜੇ ਮੋਰਚੇ ਹੈ ਇਹ ਉਹਨਾਂ ਦੇ ਵਿੱਚ ਗਿਣਤੀ ਵੱਧ ਰਹੀ ਹੈ ਅਤੇ ਹੋਰ ਵੀ ਸਾਥੀ ਜਿਹੜੇ ਪਿੰਡ ਗਾਹੇ ਵਗਾਏ ਸਾਡੀ ਇਹ ਗੱਲਾਂ ਸੁਣ ਰਹੇ ਹੈ ਉਹ ਵੀ ਵੱਡੇ ਪੱਧਰ ਦੇ ਵਿੱਚ ਸ਼ਾਮਲ ਹੋਣਗੇ ਤਾਂ ਕਿ ਇਹ ਜਿਹੜੇ ਕਾਫਲੇ ਆ ਹੋਰ ਵੱਡੇ ਹੋਣ ਅਤੇ ਸੈਂਟਰ ਦੀ ਉਹ ਬੀਜੇਪੀ ਸਰਕਾਰ ਮੋਦੀ ਸਰਕਾਰ
उदे पिछे बैठे अदानी अबानी उन्हों मजबूर होना पै जे ये बिलां नूं वापस लैण दे लई, ये कानूनां नूं रद्द करन दे लई। असी भी बचेत है, जदों तक ये कानून रद्द नहीं हुंदे साडे जम्मण ते साडे मरण इन्हां सड़कां दे विच होणगे। असी नहीं चाहते, असी बिल्कुल शांतिपूर्वक ढंग दे नाल प्रदर्शन रोस मुजाहरे करदे आए हैं। साडे पंजाब दा जो इतिहास रहा है वह शांतिपूर्वक ढंगा दे नाल इन्हां संघर्षां दे अगे अगवाई करता रहा है। पर यह जिहड़ियां वजिद सरकारां है, ये लोटू सरकारां है, ये नहीं चाहदियां कि पंजाब दे किसान, भारत दे किसान वह सुख की जिंदगी माण सकन। पर असी भी, क्योंकि सानू ये जिहड़े कानून है मौत दे बराबर जापदे है, जां मौत उधर जां मौत इधर, असी इत्थे खड़े हैं मोर्चा ला के। सरकार दा जो रूल करना जां को करना चाहती है वह कर ले, पर असी मोर्चिया दे विच वड्डे रूप दे विच काफले दे विच खड़े हैं। ते इहदे नाल ही तुहाडी सारी टीम का भी धन्यवाद करते हैं कि तुसी रात नूं इत्थे लगभग 10-11 बजे दे समय तुसी पहुँचे हो। तो ये तस्वीर भी रात नूं भी जिहड़े मेले है, ये मोर्चे है, ये वड्डे गिणती दे विच इन्हां नौजवानां दे हौसले दे नाल ओह खड़े है। इहदे नाल ही तुहाडे सारयां दा धन्यवाद, ते राणे बाई नूं दोबारा तो साडे सारयां वल्लों धन्नवाद।